ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਅਪਡੇਟ ਦਾ ਲੈ ਕੇ ਆਏ ਪੀਟਰਪਲਸ ਵੀ ਵੱਲੋਂ ਪੀਟਰਪਲਸ ਵੱਲੋਂ ਇੱਕ ਹੋਰ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਦੋਸਤੋ ਇਸ਼ਤਿਹਾਰ 5/2024 ਜਿਹੜਾ ਜਾਰੀ ਹੋਇਆ ਇੱਥੇ 2014 ਇਹਨਾਂ ਤੋਂ ਲਿਖਿਆ ਗਿਆ ਮਿਸਪ੍ਰਿੰਟ ਹੋ ਗਿਆ ਤਾਂ ਇਹਨੂੰ ਥੋੜਾ 2024 ਤੁਸੀਂ ਪੜਾਇਆ ਜਾਵੇ 5 ਹਾਫ 2024 ਤਾਂ ਦੋਸਤੋ ਇਹਦੇ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਭਰਤੀਆਂ ਆਊਟ ਹੋਈਆਂ ਨੇ ਠੀਕ ਆ ਵੱਖ-ਵੱਖ ਵਿਭਾਗਾਂ ਦੇ ਵਿੱਚ ਕਲਰਕ ਰੱਖੇ ਜਾਣੇ ਆ ਮੈਂ ਤੁਹਾਨੂੰ ਕਿਹਾ ਸੀ ਵੀ ਕਲਰਕ ਦੀ ਪੋਸਟ ਆਉਣੀ ਆ ਕਲਰਕ ਦੀ ਆਪਣੀ ਟਾਈਪਿੰਗ ਵਗੈਰਾ ਤਿਆਰੀ ਕਰ ਲਓ ਪੇਪਰ ਦੀ ਤਿਆਰੀ ਕਰ ਲਓ ਤਾਂ ਗਰੁੱਪ ਸੀ ਕਲਰਕ ਦੀ ਭਰਤੀ ਆ ਚੁੱਕੀ ਹੈ ਜੀ 256 ਪੋਸਟਾਂ ਕਲਰਕ ਦੀਆਂ ਆਈਆਂ ਨੇ ਤੇ ਹੁਣ 256 ਪੋਸਟਾਂ ਤੇ ਨਾ ਜਾਏ ਉਹ ਵੀ ਤੁਸੀਂ ਸੋਚੋ ਯਾਰ ਪੋਸਟਾਂ ਬਹੁਤ ਘੱਟ ਨੇ ਇਹਦੇ ਵਿੱਚ ਪੋਸਟਾਂ ਇਨਕਰੀਜ਼ ਹੋ ਸਕਦੀਆਂ ਠੀਕ ਹੈ ਕਿਉਂਕਿ ਕਲਰਕ ਦੀ ਆਪਾਂ ਪਿੱਛੇ ਵੀ ਦੇਖਿਆ ਵੀ ਇੱਕ ਵਾਰ ਭਰਤੀ ਆ ਜਾਂਦੀ ਹੈ ਤਾਂ ਬਾਅਦ ਚ ਪੋਸਟਾਂ ਇਨਕਰੀਜ਼ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ਵੱਖ-ਵੱਖ ਜਦੋਂ ਵਿਭਾਗਾ ਤੋਂ ਫੇਰ ਜਿਹੜੀ ਰਿਕੁਆਇਰਮੈਂਟ ਆਉਂਦੀ ਹੈ ਤਾਂ ਉਹਦੇ ਹਿਸਾਬ ਨਾਲ ਪੋਸਟਾਂ ਇਨਕਰੀਜ਼ ਹੁੰਦੀਆਂ ਰਹਿੰਦੀਆਂ ਨੇ ਠੀਕ ਹੈ ਤਾਂ ਵੈਸੇ 50-50 ਚਾਂਸ ਹੈ ਮੈਂ ਵੀ ਨਹੀਂ ਕਹਿੰਦਾ ਵੀ 100% ਇਨਕਰੀਜ਼ ਹੋਣਗੀਆਂ ਠੀਕ ਹੈ ਬਟ ਇਸ ਚੀਜ਼ ਦੀ ਜਿਹੜਾ ਸ਼ੰਕਾ ਹੈਗੀ ਆ ਵੀ ਇਨਕਰੀਜ਼ ਹੋ ਸਕਦੇ ਨੇ 50-50 ਚਾਂਸ ਹੈਗੇ ਆ ਠੀਕ ਹੈ ਜੀ ਇਸ ਕਰਕੇ ਤੁਸੀਂ ਆਪਣੀ ਤਿਆਰੀ ਜ਼ਰੂਰ ਕਰਨੀ ਹੈ ਕਈ ਵਾਰ ਇਹ ਹੁੰਦਾ ਵੀ ਆਪਾਂ ਯਾਰ ਘੱਟ ਤਿਆਰੀ ਕਰਦੇ ਹਾਂ ਵੀ ਯਾਰ 256 ਪੋਸਟਾਂ ਨੇ ਬੰਦੇ ਜ਼ਿਆਦਾ ਨੇ ਵੀ ਆਪਣਾ ਨੰਬਰ ਕਿੱਥੇ ਆਉਣਾ ਠੀਕ ਹੈ ਕਈ ਵਾਰ ਆਪਾਂ ਇਦਾਂ ਸੋਚ ਲੈਂਦੇ ਆ ਪਰ ਜੇ ਮੰਨ ਕੇ ਚੱਲੋ ਵੀ ਪੇਪਰ ਦੇਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਪੇਪਰ ਤੋਂ 10 ਦਿਨ ਪਹਿਲਾਂ ਨੋਟਿਸ ਪਾ ਦਿੰਦੇ ਆ ਵੀ ਯਾਰ 256 ਤੋਂ ਵਧਾ ਕੇ ਪੋਸਟਾਂ 1000 ਕਰਤੀਆਂ ਠੀਕ ਹੈ ਤਾਂ ਉੱਥੇ ਤੁਹਾਨੂੰ ਬੈਨੀਫਿਟ ਹੋਊਗਾ ਕਿਉਂਕਿ ਫਿਰ ਨਵੇਂ ਫਾਰਮ ਨਹੀਂ ਭਰੇ ਜਾਣੇ ਠੀਕ ਹੈ ਫਿਰ ਜਿੰਨਿਆਂ ਨੇ ਭਰੇ ਉਹਨਾਂ ਕ ਦੀ ਪੇਪਰ ਉਹ ਲੈ ਲੈਂਦੇ ਆ ਠੀਕ ਹੈ ਇਸ ਹਿਸਾਬ ਨਾਲ ਮੈਂ ਤੁਹਾਨੂੰ ਕਹਿ ਰਿਹਾ ਵੀ ਆਪਣੀ ਤਿਆਰੀ ਜ਼ਰੂਰ ਕਰਿਆ ਕਰੋ ਕਿਸੇ ਵੀ ਪੋਸਟ ਲਈ ਉਹ ਬਾਅਦ ਦੀ ਗੱਲ ਹੁੰਦੀ ਹੈ ਵੀ ਇਨਕਰੀਜ਼ ਹੁੰਦੀ ਹੈ ਨਹੀਂ ਹੁੰਦੀ ਤੇ 256 ਪੋਸਟਾਂ ਨੇ ਜੀ ਅਲੱਗ-ਅਲੱਗ ਪੋਸਟਾਂ ਨੇ ਇਹਦਾ ਡਿਟੇਲ ਨੋਟੀਫਿਕੇਸ਼ਨ ਜਿਹੜਾ ਅੱਜ ਯਾਨੀ ਕਿ 22 ਫਰਵਰੀ 2024 ਨੂੰ ਬੋਰਡ ਦੀ ਵੈੱਬਸਾਈਟ ਤੇ ਆ ਜਾਣਾ ਜਿਹਦੇ ਵਿੱਚ ਵਿਦਿਅਕ ਯੋਗਤਾ ਅਪਲਾਈ ਕਰਨ ਦੀ ਅੰਤਿਮ ਮਿਤੀ ਤਨਖਾਹ ਸਕੇਲ ਉਮਰ ਸੀਮਾ ਆਦ ਹੋਏਗਾ ਵੈਸੇ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦਿੰਦਾ ਵੀ ਇਹਦੀ ਵਿਦਿਅਕ ਯੋਗਤਾ ਕੋਈ ਵੀ ਤੁਸੀਂ ਗ੍ਰੈਜੂਏਸ਼ਨ ਡਿਗਰੀ ਜਿਹੜੀ ਕੀਤੀ ਹੋਵੇ ਡਿਗਰੀ ਤੁਹਾਡੀ ਕੰਪਲੀਟ ਹੋ ਫਾਰਮ ਅਪਲਾਈ ਕਰਨ ਦੀ ਲਾਸਟ ਡੇਟ ਤੱਕ ਠੀਕ ਆ ਫਾਈਨਲ ਇਅਰ ਵਾਲੇ ਨਹੀਂ ਅਪਲਾਈ ਕਰ ਸਕਦੇ ਇਸ ਨੂੰ ਧਿਆਨ ਚ ਰੱਖਿਓ ਤੇ ਇਹਦਾ ਜਿਹੜਾ ਤਨਖਾਹ ਸਕਿਲ ਹੋਗਾ 19900 ਰੁਪਿਆ ਤਨਖਾਹ ਸਕਿਲ ਹੋਏਗਾ ਡਿਊਰਿੰਗ ਪ੍ਰੋਬੇਸ਼ਨ ਤੁਹਾਨੂੰ ਪੇ ਮਿਲੇਗੀ 19900 ਪਰ ਮੰਥ 3 ਸਾਲ ਦਾ ਪ੍ਰੋਬੇਸ਼ਨ ਹੋਏਗਾ ਉਮਰ ਸੀਮਾ 18 ਤੋਂ 37 ਸਾਲ ਉਮਰ ਸੀਮਾ ਹੋਏਗੀ 11 2024 ਦੇ ਅਨੁਸਾਰ ਠੀਕ ਆਪਣੀ ਏਜ ਵੀ ਕੈਲਕੂਲੇਟ ਕਰਕੇ ਦੇਖ ਲਓ ਤੇ 29 ਫਰਵਰੀ 2024 ਤੋਂ ਆਨਲਾਈਨ ਅਪਲਾਈ ਹੋਣਾ ਸਟਾਰਟ ਹੋ ਜਾਣਾ ਜੀ ਬੋਰਡ ਦੀ ਵੈਬਸਾਈਟ ਤੇ ਕਲਰਕ ਦੀ ਪੋਸਟ ਦੇ ਲਈ ਠੀਕ ਹੈ ਜੀ ਤਾਂ ਫਾਈਨਲੀ ਕਲਰਕ ਦੀ ਪੋਸਟ ਵੀ ਆ ਚੁੱਕੀ ਆ ਤੇ ਕਲਰਕ ਦੀਆਂ ਕਿਉਂਕਿ ਕਾਫੀ ਸਾਰੀਆਂ ਪੋਸਟਾਂ ਨੇ ਕਲਰਕ ਦੀਆਂ 300 ਪੋਸਟਾਂ ਤਕਰੀਬਨ ਹੈਲਥ ਡਿਪਾਰਟਮੈਂਟ ਦੇ ਵਿੱਚ ਹੀ ਨੇ ਹੋ ਸਕਦਾ ਵੀ ਇਹਦੇ ਵਿੱਚ ਹੀ ਉਹ ਮर्ज ਕਰ ਦੇਣ 256 ਦੇ ਵਿੱਚ 300 ਜੋੜ ਦੇਣ ਹੋਰ ਵੀ ਵੱਖ-ਵੱਖ ਡਿਪਾਰਟਮੈਂਟਾਂ 'ਚ ਪੋਸਟਾਂ ਕਲਰਕ ਦੀਆਂ ਦੁਬਾਰਾ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੋ ਚੁੱਕੀ ਹੈ ਠੀਕ 올디 베스트 ਸਾਰੇ ਕੈਂਡੀਡੇਟਸ ਨੂੰ ਜਿਹੜੇ ਵੀ ਤਿਆਰੀ ਦੇ ਵਿੱਚ ਨੇ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓਜ਼ 'ਚ ਦੱਸਿਆ ਸੀ ਵੀ ਲਾਇਬ੍ਰੇਰੀਆਂ 'ਚ ਬੈਠਣਾ ਸਟਾਰਟ ਕਰਦੋ ਆਪਣੀ ਸੈਲਫ ਸਟੱਡੀ ਸਟਾਰਟ ਕਰਦੋ ਕੋਰਸ ਲੈ ਕੇ ਪੜ੍ਹਨਾ ਸਟਾਰਟ ਕਰਦੋ ਜਿਵੇਂ ਵੀ ਤੁਹਾਨੂੰ ਲੱਗਦਾ ਸੂਟੇਬਲ ਹੈਗਾ ਉਹ ਹਸਾਰ ਨਾਲ ਸਟਾਰਟ ਕਰੋ ਠੀਕ ਹੈ ਬਟ ਪੜ੍ਹੋ ਏਅਰ ਜ਼ਰੂਰ ਠੀਕ ਹੈ ਜੇ ਤੁਸੀਂ ਪੰਜਾਬ ਪੁਲਿਸ ਲਈ ਜਾਣਾ ਚਾਹੁੰਦੇ ਤਾਂ ਪੜ੍ਹਾਈ ਦੇ ਨਾਲ ਫਿਜ਼ੀਕਲ ਵੀ ਜ਼ਰੂਰੀ ਆ ਜੇ ਤੁਸੀਂ ਇਧਰਲੇ ਪਾਸੇ ਆਣਾ ਚਾਹੁੰਦੇ ਤਾਂ ਇਧਰ ਪੜ੍ਹਾਈ ਹੀ ਜ਼ਰੂਰੀ ਆ ਠੀਕ ਹੈ ਜਿਹੜੀਆਂ ਪੀਟਰ ਪਲੱਸ ਵੀ ਦੀਆਂ ਭਰਤੀਆਂ ਹੁੰਦੀਆਂ ਤੇ 올 ది ਬੈਸਟ ਬਾਕੀ ਅਪਡੇਟਸ ਹੀ ਸਾਣਾ ਬਣੇ ਰਹੋ ਜੁੜੇ ਰਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਸ ਸਤਿ ਸ਼੍ਰੀ ਅਕਾਲ